Assalamualaikum. Welcome to new vlog. Sadaas de ro, bas de ro, shaad ro, tiyabad ro. Amin, sumam. So guys, today fir main tade naal karangi share phode ghar di night routine. Te aaj night routine thodi zyada expensive te mazedar hai kyunki ji aaj papa ji ne mangwaye ne ji pizza te eh ta papa ji na bade jehde na hun main papa nu ki kahwa eh papa ਜਿਹੜੇ ਨਾ ਬਗੈਰ ਦੱਸਿਓ ਪੁੱਛੋ ਸਾੜੀਆਂ ਡੀਲਿੰਗਾਂ ਕਰਦੇ ਨੇ ਤੇ ਪਤਾ ਹੀ ਨਹੀਂ ਲੱਗਣ ਦਿੰਦੇ ਇਹ ਪਾਪਾ ਗਲਤ ਕੰਮ ਕਰਦੇ ਨੇ ਇਹ ਵੇਖੋ ਜੀ ਗਾਈਸ ਇਹ ਇਹਨਾਂ ਨੇ ਪੀਜ਼ਾ ਮੰਗਵਾਏ ਨੇ ਤੇ ਇਹ ਵੇਖੋ ਜੀ ਆਪੀ ਹਿਨਾ ਹੁਣ ਮੂਸਾ ਨੂੰ ਚੁੱਕ ਕੇ ਲਿਆਈ ਹੈ ਇਹ ਮੂਸਾ ਪੁੱਛ ਰਿਹਾ ਇਹ ਮੂਸਾ ਦੀ ਜਿਹੜੀ ਚਾਈਨੀਜ਼ ਹੈ ਉਹਦਾ ਉਹਦੀ ਟਰਾਂਸਲੇਸ਼ਨ ਹੈ ਕਿ ਇਹ ਕਿਆ ਹੈ ਇਹ ਕਿਆ ਹੈ ਤੋ ਗਾਈਸ ਚਲੋ ਹੁਣ ਮੈਂ ਤੁਹਾਨੂੰ ਪਾਪਾ ਨੂੰ ਵਿਖਾਨੀ ਪਾਪਾ ਜੀ ਬਿਨਾ ਦੱਸਿਆ ਪੁੱਛਿਆ ਡੀਲਿੰਗਾਂ ਕਰਕੇ ਮੰਗਾ ਵੀ ਐ ਅਸੀਂ ਕੋਈ ਮਾੜੇ ਮੋਟੇ ਕਰੀ ਮੰਮਾ ਤੁਹਾਨੂੰ ਸੁਲਾ ਮਾਰਨ ਦੇ ਇਹ ਬਿਲਾਣਾ ਹੈ ਗੈਸ ਕਿ ਨਹੀਂ ਆਪ ਖਾ ਡਿੱਬਾ ਖਾਲੀ ਨਹੀਂ ਹੈ ਹਾਂਜੀ ਗਾਈਸ ਆ ਵੇਖੋ ਆ ਕਿਦਾਂ ਦਾ ਪੀਜ਼ਾ ਇਹ ਉਦਾਂ ਦਾ ਪੀਜ਼ਾ ਹੈ ਆਪਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਖਾਣਾ ਨਹੀਂ ਜੀ ਆਪਕੋ ਪਤਾ ਨਹੀਂ ਹੈ ਪੀਜ਼ਾ ਇਹਦੇ ਵੀ ਉਦਾਂ ਦਾ ਲੈ ਚਲੋ 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 ਜੀ ਭਾਈ ਫੁੱਫਾ ਜੀ ਕੋ ਵੀ ਬੁਲਾ ਕੇ ਲਾਓ ਉਹ ਤਾਂ ਸਾਰੇ ਦੋਨੋਂ ਪੀਸ ਨਾ ਬੰਦੇ ਵਿੱਚ ਫੁੱਫਾ ਜੀ ਕੋ ਬੁਲਾ ਕੇ ਲਾਓ ਕਹਿੰਦੇ ਮੈਨੂੰ ਉਹ ਨਾ ਅਸਲ ਚ ਉਹ ਛੇਤੀ ਛੇਤੀ ਸੌ ਜਾਂਦੇ ਹੁੰਦੇ ਨੇ ਉਹਨਾਂ ਦਾ ਟਾਈਮ ਹੁੰਦਾ ਸੌਣ ਦਾ ਇੱਧਰ ਵੇਖੋ ਓਏ ਹੋਏ 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 ਕੀ ਪੀਦਾ ਤੁਸੀਂ ਆ ਲਓ ਇਹਦੇ ਵਿੱਚ ਕਿੰਨੇ ਨੇ ਚਾਰ ਪੀਸ ਨੇ ਨਾ ਤੇਰੇ ਬਣ ਗਿਆ ਬਣਾ ਦੇ ਫੁੱਫਾ ਜੀ ਇਹ ਛੱਡ ਆ ਦੋਵਾਂ ਤੁਹਾਡਾ ਹੀ ਆ ਲਓ ਗਾਈਸ ਗਾਈਸ ਵਾਹ ਬਈ ਵਾਹ ਇਹਨਾਂ ਦੋਹਾਂ ਜਣੀਆਂ ਦਾ ਮੁਕਾਬਲਾ ਵੀ ਹੋਣਾ ਖਾਂਦਾ ਓਏ ਆਪੀ ਦਮਤੀ ਹਮ ਤਾਂ ਚੈਲੰਜ ਕਰਾਂਗੇ ਠੀਕ ਹੈ ਚਲੋ ਛੋਟੇ ਪੀਜ਼ੇ ਦਿਓ ਛੋਟੇ ਪੀਜ਼ੇ ਹੀ ਦਿੱਤੇ ਨੇ ਦੋ ਛੋਟੇ ਹੀ ਦਿੱਤੇ ਦੋ ਹੀ ਦਿੱਤੇ ਨੇ ਟੈਨਸ਼ਨ ਨਾ ਮੋਲ ਚਾਹੀਦਾ ਨਾ ਬਸ ਆ ਇੱਕ ਉਹਨਾਂ ਦੇ ਜਾ ਚਾਰ ਦੇ ਹਾਂਜੀ ਫੁੱਫਾ ਜੀ ਲਓ ਗਲਾਸ ਦੇ ਨਾ ਗਲਾਸ ਨਹੀਂ ਇੱਕ ਤਾਂ ਸਾਰੇ ਆਈ ਨਾ ਮੁੰਡੇ ਨੇ ਕਿੱਧਰ ਵੜ ਕੇ ਜਾਂਦੇ ਜੀ ਆਈ ਨਾ ਚਾਹ ਦੇ ਲੈ ਲਓ ਆ ਰਹੀ ਆ ਰਹੀ ਬਾਹਰ ਆ ਜਾ ਬਾਹਰ ਤਸਵੀਰ ਬਣਾ ਲੋ ਚਲੋ ਜੀ ਗਾਈਸ ਹੋਰ ਅਸੀਂ ਨਾ ਇਹ ਸਾਰੇ ਖਾਂਦੇ ਨੇ ਦੋ ਦੋ ਪੀਸ ਖਾ ਲੈ ਜਲਦੀ ਕਰੋ ਖਾ ਵੀ ਨਹੀਂ ਆ ਫਿਊ ਮੋਮੈਂਟਸ ਲੇਟਰ ਚਲੋ ਜੀ ਗਾਈਸ ਹੁਣ ਸਾਰੇ ਪੀਜ਼ਾ ਖਾ ਰਹੇ ਨੇ ਇੰਜੋਏ ਕਰ ਰਹੇ ਨੇ ਤੇ ਗਾਈਸ ਪਾਪਾ ਨੇ ਤਾਂ ਪੀਜ਼ਾ ਮੈਨੂੰ ਮਾੜਾ ਕੋ ਟੇਸਟ ਕਰਾਇਆ ਤੇ ਖੈਰ ਮੈਨੂੰ ਤਾਂ ਟੇਸਟ ਅੱਛਾ ਨਹੀਂ ਲੱਗਾ ਪਾਪਾ ਮੈਂ ਤਾਂ ਬੜੀ ਐਕਸਾਈਟਿਡ ਸੀ ਵੀ ਪਤਾ ਨਹੀਂ ਪੀਜ਼ਾ ਕੀ ਚੀਜ਼ ਹੈ ਇਧਰ ਵੇਖੋ ਜੀ ਗਾਈਜ਼ ਕੀ ਕਰਨ ਦਿਆ ਮੂਸਾ ਜਾ ਮੂਸਾ ਮੂਸਾ ਨੇ ਸਾਰਾ ਖਾਣਾ ਪਾਤਾ ਗਾਈਜ਼ ਦਾ ਮੂਸਾ ਬਹੁਤ ਖਲਾਰਾ ਪਾਉਂਦਾ ਠੀਕ ਹੈ ਤੇ ਇਹਨਾਂ ਇਹਨਾਂ ਨੇ ਕੋਲਡ ਡਰਿੰਕ ਖਤਮ ਕਰ ਦਿੱਤੀ ਹਮ ਦੋਨੋਂ ਕੇ ਲਈ ਕੋਲਡ ਡਰਿੰਕ ਨਹੀਂ ਬਚੀ ਤੁਸੀਂ ਠੰਡਾ ਪਾਣੀ ਪੀ ਲਿਓ ਨਾਲ ਮਮਾ ਕਹਿ ਰਹੀ ਤੁਸੀਂ ਠੰਡਾ ਪਾਣੀ ਆਖੀ ਦਾ ਮੂੰਹ ਵੇਖੋ ਚਲੋ ਕੋਈ ਨਹੀਂ ਇਹਨਾਂ ਨੇ ਪੈਰ ਨਾਲ ਜਾਣਾ ਦੋ ਬਰਨਾ ਪੂਰੀਆਂ ਨਹੀਂ ਦੋ ਕੋ ਤਾਂ ਛੋਟੀਆਂ ਹਾਂ ਕੋਈ ਛੋਟੀਆਂ ਤਾਂ ਵੱਡੀਆਂ ਹੋਈਆਂ ਨੇ ਬੱਚੇ ਨੂੰ ਮੂੰਹ ਨਹੀਂ ਆਉਣੀ ਸੀ ਗਾਈਜ਼ ਇੱਥੇ ਅਜੀਬੋ ਗਰੀ ਮਾਹੌਲ ਚੱਲਣ ਦਿਆ ਤੇ ਮੈਂ ਤੇ ਆਪੀ ਹਿਨਾਂ ਤਾਂ ਕਰਨਾ ਪੀਜ਼ੇ ਦਾ ਚੈਲੰਜ ਇਸ ਵਾਸਤੇ ਅਸੀਂ ਜਿਹੜਾ ਦਾ ਥੋੜਾ ਹੋਇਆ ਪਿਆ ਭਾਬੀ ਕਹਿ ਰਹੇ ਮਜ਼ੇ ਕਾ ਨਹੀਂ ਹੈ ਮਜ਼ੇ ਕਾ ਨਹੀਂ ਹੈ ਅਜੀਬ ਸਿਸਟਮ ਚੱਲਣ ਗਿਆ ਬਈ ਇੱਥੇ ਦਾ ਵੀ A few moments later. ਚਲੋ ਜੀ ਗਾਈਸ ਪੀਜ਼ਾ ਨੂੰ ਰਗੜਾ ਛੋੜਾ ਲਾ ਲਿਆ ਸਾਰਿਆਂ ਨੇ ਖਾ ਖੂ ਲਿਆ ਤੇ ਗਾਈਸ ਪੀਜ਼ਾ ਬਕਵਾਸ ਸੀ ਕੋਈ ਮਜ਼ਾ ਨਹੀਂ ਆਇਆ ਮੈਂ ਸੋਚਦੀ ਸੀ ਪੀਜ਼ਾ ਪਤਾ ਨਹੀਂ ਕੀ ਚੀਜ਼ ਹੈ ਪੀਜ਼ਾ ਮੈਂ ਅੱਜ ਤੱਕ ਨਹੀਂ ਖਾਦਾ ਪੀਜ਼ਾ ਪਤਾ ਨਹੀਂ ਕੀ ਚੀਜ਼ ਹੈ ਮੈਨੂੰ ਅੱਜ ਪਤਾ ਲੱਗਾ ਪੀਜ਼ਾ ਕੀ ਚੀਜ਼ ਹੈ ਕੋਈ ਮਜ਼ਾ ਨਹੀਂ ਆਇਆ ਪੀਜ਼ਾ ਖਾਣ ਦਾ ਆਪੀ
آپ تو منگواتے منگواتے کھاتے کھاتے رہتے ہو تو آپ لوگوں کو کیسے مزے کا لگا یہ پیزا؟ ابھی تک بکواس لگا بھی ہو پیا چھوٹے جو ڈبے نا پھوپھو نے مینو تے پینا دے پی ہوئے جو مطلب اتنا سوادی سوادی کوئی نہیں سی نہیں کمال ہے بھائی گائز ابھی پٹھیاں گلاں کردے نے قسمیں گائز ہون کی نام سی نا ادھر ویکھو آ سارا کھلارا کھلورا چک چکن چکن والا رکھ دتا انہوں نے تے آ بوتل بوتل پیتیاں نے کمرے چ وڑ گئے نے اپ دے کمرے پھپھو ایک گلاس چھڑ کے آ جا دے کمرے چ وڑ گئے ویکھ لو پھپھو کڈے چلاک سارے ادھا ہی کردے تہاڈے نال ادھا ہی ہندی بڑیاں بندیاں نال اسی وی جلدی جلدی کھا کے اپ دے دے کمرے چ وڑئیے لیکن مزہ بھی آنا چاہیے ضروری ہے مزہ آئے تے پھر کوئی سواد بھی آتا منہ کا منہ کا کوئی جاکا جوکا بند ہے تے اتھے کوئی جاکے نام دی شے نہیں ہے گائز جاکے نام دی شے نہیں ہے اسی تے تین چار ڈبے انہاں دے ویلے کتے سوچو اگر جاکے نام دی شے ہوندی کی ہونا سی پھر تے انہاں نے بس سد کر دینی سی اصل چ نا گائز او ایک ڈبا وڈا جڑا سی تین بندیاں نے کھادا زین آمنا سین ٹھیک ہے ایک جڑا وڈا سی او پھپھو نے تے بھائی علی نے تے رل رل کے کھا لیا سارے نے اوندے وچوں مامو واسطے وی حصہ رکھیا ایک جڑا چھوٹا ڈبا سی او میڈیم سائز والا او چلا گیا پاپا تے مما نو ایک چلا گیا بھائی شاہ نو تے انہاں دی بڈھی نو تے جڑے چھوٹے دوویں ڈبے سی انہاں دے نا بچے خوچے رولے ڈبے او سانو دوواں بیچاریاں کڑیاں نو مسوماں نو دے تے ویکھ لو ظالم لوگ بچ جانے چلو گائز ویکھاں گے او تے کو نہیں کھانا چاہندے اے بچ جانے انہاں نے کھا لیا تے ایڈے بڑے پیس تے انہاں کو نہیں کھایا جانا پکے نہیں تسی کھا لا ایڈے بڑے پیس تے انہاں کو نہیں کھایا جانا آپ ہی نا آپ نے پہلے بھی کبھی کھایا ہوا ہے پیزا فرسٹ ٹائم کھا رہی ہوں اوئے نہیں فرسٹ ٹائم پتہ نہیں کتنی بار کتنی کو مرتبہ یاد ہے آپ بکواس پیزا لے کے آئے ہو میں نہیں لایا جو لایا جن کی ڈیل ہوئی ہے مامو سے پوچھے اور اچھا پوچھے میں تو پہلے کہہ رہے تھے کہ کام جائے ہو جائے ہو جائے ہو جائے ہو نا چلو گائز خیر میں تا سوچن دا ہی ابھی پیزا مزے دا نہیں سی تے انہاں انی تباہی لاتھ گئی مزے دا ہوندا تے کنی تباہی لاتھ گئی سی پھر تا پھپھو دے گھر دے کباڑا ہونا سی اونوں کڑا ڈسٹ بین دے ساتھ ڈسٹ بین پیزا آئے سی بھوک کیوں بھوک پیڑ تو بھرنا سی نا بھوک گائز 6 پیزا انہاں نے منگوائے استغفر اللہ 6 پیزے منگوائے ہیں ہاں اور ہمیں کہہ رہے مزہ نہیں آیا گائز جد ڈبے کچھ ہونا ہی نہیں ادھر کچھ بھی نہیں ہے پاپا تے بالا میں کی کرا چل چھت کر
ਗਾਇਸ ਵੈਸੇ ਜ਼ੈਨ ਸਾਹਿਬ ਨੂੰ ਪਾਪਾ ਨੇ ਸਹੀ ਕੀਤਾ ਉਹ ਜਿਹੜਾ ਕੋ ਗੱਲ ਕਹਿੰਦੇ ਪਾਪਾ ਕਹਿੰਦੇ ਖਲੋਏ ਤੁਹਾਨੂੰ ਮੈਂ ਦੱਸਦਾ ਸਿੱਧੇ ਉੱਥੇ ਸਟ੍ਰੇਟ ਇਹਨਾਂ ਨੂੰ ਕੋਈ ਗੱਲ ਨਹੀਂ ਦੁਬਾਰਾ ਯਾਦ ਰਹਿੰਦੀ ਤੇ ਮਾਲਟਾ ਪਾਰਟੀ ਕਦੋਂ ਚਲੋ ਜੀ ਗਾਇਸ ਮਾਮੇ ਨੇ ਡਾਕਟਰ ਦੇ ਭੱਜ ਜਾਣਾ ਤੁਸੀਂ ਕਿਲੇ ਅਸਾਂ ਤਿਆਰ ਹੁੰਦਾ ਏ 2 ਵਜੇ ਤੱਕ ਨਹੀਂ ਨਹੀਂ ਅਸੀਂ ਕੱਲ ਨੂੰ 12 ਵਜੇ ਇੱਥੋਂ ਨਿਕਲ ਜਾਣਾ ਅੱਛਾ ਤੇ ਇਨਸ਼ਾਅੱਲਾ ਤੇ 1 ਵਜੇ ਉੱਥੇ ਪਹੁੰਚਣਾ 1 ਵਜੇ 1 ਨਹੀਂ 12:30 ਵਜੇ ਨਿਕਲਾਂਗੇ 1 ਵਜੇ ਉਹਨਾਂ ਦਾ ਕੰਮ ਸ਼ੁਰੂ ਹੋਣਾ ਤੇ 2 ਵਜੇ ਉੱਥੋਂ ਵਾਪਸੀ 2:30 ਵਜੇ ਐਂਡ 3 ਵਜੇ ਅਸੀਂ ਘਰੇ ਹੋਵਾਂਗੇ ਅੱਲਾ ਗੜੇ ਆ ਗੱਡੀ ਗੱਡੀ ਫਿਰ ਪੈਂਚਰ ਪੁੰਚਰ ਹੋ ਗਿਆ ਕਿੰਨੇ ਦਾ ਪੈਂਚਰ ਨਾ ਪਾਣੀ ਦੇ ਦੇ ਘੁੱਟ ਮੇਰਾ ਸਾਹ ਸੁੱਕ ਗਿਆ ਹੱਕ ਕੀ ਲੈ ਕੇ ਆਣਾ ਮਾਲਟੇ ਮਾਲਟਾ ਪਾਰਟੀ ਕਰਨੀ ਕਿਉਂਕਿ ਭਾਈ ਸ਼ਾਹਦ ਕੰਮ ਤੇ ਹੁੰਦਾ ਜਾਣਾ ਨਜ਼ਦੀਕ ਹੀ ਇੱਥੇ ਦੂਰ ਨਹੀਂ ਤੇਰਾ ਹਿੱਸਾ ਤੇਰੀ ਬੇਗਮ ਨੂੰ ਦੇ ਦਿਆ ਨਹੀਂ ਨਾਲ ਬੈ ਕੇ ਆਇਆ ਹਾਂ ਗਾਇਸ ਕੀ ਸੋਚ ਸਕਦੇ ਆ ਆਪਾਂ ਕੀ ਕਰ ਸਕਦੇ ਆ ਠੀਕ ਹੈ ਗਾਇਸ ਤੇ ਗਾਇਸ ਅੱਜ ਮੈਨੂੰ ਕੋਈ ਗੱਲ ਨੀ ਲੱਭਣ ਦੀ ਮੈਂ ਤੁਹਾਡੇ ਨਾਲ ਕੀ ਗੱਲ ਕਰਾਂ ਤੇ ਵਲੌਗ ਥੋੜਾ ਛੋਟਾ ਜਿਹਾ ਛੇ ਛੇਤੀ ਵੇਖੋ ਤੇ ਐਂਡ ਕਰੋ ਤੇ ਤੁਸੀਂ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਹਾਂ ਇਸ ਵਾਸਤੇ ਅੱਛਾ ਵਾਲਾ ਪੀਜ਼ਾ ਲਾਹੌਰ ਚ ਕਿੱਥੋਂ ਮਿਲਣਾ ਅਸੀਂ ਤਾਂ ਕਿ ਮੰਗਾ ਸਕੀਏ ਹੁਣ ਕਿਹੜਾ ਮੰਗਾਣਾ ਬਸ ਚੀਜ਼ੀਅਸ ਤੋਂ ਮੈਂ ਦੱਸਦਾ ਤੁਹਾਨੂੰ ਚੀਜ਼ੀਅਸ ਤੋਂ ਅੱਛਾ ਵਾਲਾ ਪੀਜ਼ਾ ਜਿੱਥੋਂ ਮਿਲਦਾ ਉਹ ਸਾਨੂੰ ਦੱਸੋ ਅਸੀਂ ਦਾਵਤ ਤੇ ਆ ਕੇ ਖਾ ਲਵਾਂਗੇ ਜਿੰਗਰ ਬਰਗਰ ਪਸੰਦ ਨੇ ਇਹਦੇ ਨਾਲ ਤੋਂ ਅੱਛੇ ਨੇ ਚਲੋ ਜੀ ਗਾਇਸ ਠੀਕ ਹੈ ਫਿਰ ਤੁਸੀਂ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਮੇਰੇ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਚਲੋ ਠੀਕ ਹੈ ਫਿਰ ਅੱਲਾ ਹਾਫਿਜ਼